ਪ੍ਰਭਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਤਾ ਇੱਕ ਅਜਿਹਾ ਪੰਛੀ ਹੈ ਜਿਸ ਨੂੰ ਅਗਰ ਸਿਖਾਇਆ ਜਾਵੇ ਤਾਂ ਥੋੜਾ ਬਹੁਤਾ ਮਨੁੱਖੀ ਜ਼ਬਾਨ ਬੋਲਣਾ ਸਿੱਖ ਲੈਂਦਾ ਹੈ। ਪਰ ਅੰਮ੍ਰਿਤਸਰ ਦਾ ਇਹ ਤੋਤਾ ਜਿਸ ਅੰਦਾਜ਼ ਵਿੱਚ ਗੁਰਬਾਣੀ ਉਚਾਰਨ ਕਰਦਾ ਹੈ ਉਹ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿਛਲੇ ਵੀਡੀਓ ਵਿੱਚ ਜੋ ਪੁੱਛਿਆ ਗਿਆ ਸਵਾਲ ਸੀ ਉਸਦਾ ਇਨਾਮ ਦੇ ਬਾਰੇ। ਹੁਸ਼ਿਆਰਪੁਰ ਦੇ ਮਨਜੀਤ ਸਿੰਘ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਪੁੱਛੇ ਹੋਏ ਸਵਾਲ ਦਾ ਸਹੀ ਉੱਤਰ ਦਿੱਤਾ ਹੈ ਉਹਨਾਂ ਨੂੰ ਗੁਰਬਾਣੀ ਕਥਾ ਚੈਨਲ ਵੱਲੋਂ ਇੱਕ ਛੋਟਾ ਜਿਹਾ ਇਨਾਮ ਮੋਬਾਈਲ ਭੇਟ ਕੀਤਾ ਗਿਆ ਹੈ। ਇਸ ਵੀਡੀਓ ਦੇ ਵਿਚਕਾਰ ਇੱਕ ਸਵਾਲ ਪੁੱਛਿਆ ਜਾਵੇਗਾ ਜਿਸ ਦਾ ਸਹੀ ਉੱਤਰ ਦੇਣ ਵਾਲੇ ਨੂੰ ਗੁਰਬਾਣੀ ਕਥਾ ਚੈਨਲ ਵੱਲੋਂ ਇੱਕ ਛੋਟਾ ਜਿਹਾ ਇਨਾਮ ਭੇਟ ਕੀਤਾ ਜਾਵੇਗਾ। ਇਸ ਲਈ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਤਾ ਇੱਕ ਅਜਿਹਾ ਪੰਛੀ ਹੈ ਜਿਸ ਨੂੰ ਅਗਰ ਸਿਖਾਇਆ ਜਾਵੇ ਤਾਂ ਥੋੜਾ ਬਹੁਤਾ ਮਨੁੱਖੀ ਜ਼ਬਾਨ ਬੋਲਣਾ ਸਿੱਖ ਲੈਂਦਾ ਹੈ। ਪਰ ਅੰਮ੍ਰਿਤਸਰ ਦਾ ਇਹ ਤੋਤਾ ਜਿਸ ਅੰਦਾਜ਼ ਵਿੱਚ ਗੁਰਬਾਣੀ ਉਚਾਰਨ ਕਰਦਾ ਹੈ ਉਹ ਸ਼ਾਇਦ ਹੀ ਕਦੀ ਕਿਸੇ ਨੇ ਸੁਣਿਆ ਹੋਵੇ। ਕਦੀ ਇਹ ਤੋਤਾ ਬੋਲੇ ਸੋਨੇ ਹਾਲ, ਕਦੀ ਪ੍ਰਭ ਕਾ ਸਿਮਰਨ, ਰਾਜ ਕਰੇਗਾ ਖਾਲਸਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ। ਇਹ ਸ਼ਬਦ ਮਿੱਠੂ ਬਖੂਬੀ ਬੜੇ ਹੀ ਪਿਆਰ ਦੇ ਨਾਲ ਬੋਲਦਾ ਹੈ। 2 ਸਾਲ ਪਹਿਲਾਂ ਅਵਤਾਰ ਸਿੰਘ ਜੀ ਦੇ ਪਰਿਵਾਰ ਅੰਮ੍ਰਿਤਸਰ ਵਿੱਚ ਆਇਆ ਇਹ ਤੋਤਾ ਦੇਸ਼ ਵਿਦੇਸ਼ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਿੱਚ ਕੋਈ ਦੇਵ ਰੂਹ ਹੈ। ਇਹ ਮਿੱਠੂ 1 ਮਿੰਟ ਵਿੱਚ 20 ਵਾਰ ਵਾਹਿਗੁਰੂ ਦਾ ਨਾਮ ਜਪਦਾ ਹੈ। ਆਓ ਦੇਖਦੇ ਹਾਂ ਮਿੱਠੂ ਇਹ ਤੋਤਾ ਵਾਹਿਗੁਰੂ ਦਾ ਨਾਮ ਕਿਵੇਂ ਸਿਮਰਨ ਕਰਦਾ ਹੈ। ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜੀਤ। ਇਹ ਸਾਰਾ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਇਹ ਕੋਈ ਦੇਵ ਰੂਹ ਕਿਸੇ ਭੁੱਲ ਕਾਰਨ ਤੋਤੇ ਦੀ ਜੂਨ ਵਿੱਚ ਪੈ ਗਈ ਹੈ। ਆਓ ਸੁਣਦੇ ਹਾਂ ਧੰਨ ਧੰਨ ਸੰਤ ਸਿੰਘ ਜੀ ਮਸਕੀਨ ਜੀ ਦੇ ਇਸ ਜਾਨਵਰਾਂ ਦੇ ਬਾਰੇ ਜੋ ਵਾਹਿਗੁਰੂ ਦਾ ਨਾਮ ਅਚਨਚੇਤ ਸਿਮਰਨ ਕਰਦੇ ਹਨ। ਮਸਕੀਨ ਸਾਹਿਬ ਜੀ ਦਾ ਉਹਨਾਂ ਦੇ ਬਾਰੇ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਮਸਕੀਨ ਸਾਹਿਬ ਜੀ ਕਹਿੰਦੇ ਨੇ ਇਹ ਧਰਤੀ ਸੂਰਜ ਦਾ ਹਿੱਸਾ ਹੈ ਤੇ ਸੂਰਜ ਅੱਗ ਦਾ ਗੋਲਾ ਸੀ। ਇਹ ਜਦ ਠੰਡੀ ਹੋਈ ਤੇ ਪੱਥਰ ਸੀ। ਇਸ ਪੱਥਰ ਨੂੰ 1000 ਸਾਲ ਲੱਗ ਗਏ ਮਿੱਟੀ ਬਣਨ ਵਿੱਚ, ਮਿੱਟੀ ਨੂੰ ਅਨੰਤ ਕਾਲ ਲੱਗੇ ਬਨਸਪਤੀ ਦੇ ਬਦਲਣ ਵਿੱਚ, ਤੇ ਬਨਸਪਤੀ ਨੂੰ ਅਨੰਤ ਕਾਲ ਲੱਗੇ ਪਸ਼ੂ ਪੰਛੀਆਂ ਦੀ ਯਾਤਰਾ ਤੱਕ, ਔਰ ਪੰਛੀ ਅਤੇ ਪਸ਼ੂਆਂ ਤੋਂ ਬਾਅਦ ਅਨੰਤ ਕਾਲ ਬੀਤ ਗਏ ਤੇ ਮਨੁੱਖ ਪੈਦਾ ਹੋਇਆ। ਪੱਥਰ ਪੂਰਾ ਸੁੱਤਾ ਹੋਇਆ ਹੈ ਤੇ ਥੋੜੀ ਜਿਹੀ ਬਨਸਪਤੀ ਜਾਗ ਗਈ। ਇਹ ਖਿਲਦੀ ਹੈ ਤੇ ਕਮਲਾਉਂਦੀ ਹੈ। ਇਸ ਅੰਦਰ ਪਿਆਸ ਪੈਦਾ ਹੋ ਗਈ ਤੇ ਪਸ਼ੂ ਪੰਛੀ ਜਿੱਥੇ ਹੋਰ ਜਾਗਰੂਕ ਅਵਸਥਾ ਵਿੱਚ ਆ ਗਏ, ਜਿੱਥੇ ਪਸ਼ੂ ਪੰਛੀ ਜਾਗੇ ਉੱਥੇ ਭੁੱਖ ਵੀ ਉਤਪੰਨ ਹੋਈ ਤੇ ਪਸ਼ੂ ਪੰਛੀਆਂ ਦੀ ਚੇਤਨਾ ਬਨਸਪਤੀ ਨਾਲੋਂ ਵਧੀ ਤੇ ਫਿਰ ਮਨੁੱਖ ਪੈਦਾ ਹੋਇਆ, ਜਿਸ ਨੂੰ ਸਮਝ ਵੀ ਸੀ, ਚੇਤਨਾ ਵੀ ਸੀ, ਧਰਮ ਕਰਮ ਕਰਨ ਦੀ ਸੂਝ ਵੀ ਸੀ। ਜੋ ਵਿਅਕਤੀ ਆਪਣਾ ਜੀਵਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਲੰਘਾ ਦੇਵੇ ਅਤੇ ਬੰਦਗੀ ਤੋਂ ਸੱਖਣਾ ਰਹੇ ਤੇ ਆਪਣੀ ਉਮਰ ਇਵੇਂ ਹੀ ਗੁਜ਼ਾਰ ਦੇਵੇ ਤੇ ਫਿਰ ਉਸ ਵਿਅਕਤੀ ਨੂੰ ਪਸ਼ੂ ਪੰਛੀਆਂ ਦੀ ਜੂਨ ਵਿੱਚ ਪੈਣਾ ਪੈਂਦਾ ਹੈ, ਜਾਂ ਫਿਰ ਕਦੀ ਕਿਸੇ ਦੇਵ ਰੂਹ ਤੋਂ ਭੁੱਲ ਹੋ ਜਾਵੇ ਤਾਂ ਵੀ ਉਸ ਨੂੰ ਜੂਨ ਵਿੱਚ ਭਟਕਣਾ ਪੈ ਜਾਂਦਾ ਹੈ। ਜਿਵੇਂ ਕਿ ਤੁਸੀਂ ਸੁਣਿਆ ਹੋਵੇਗਾ, ਗੁਰੂ ਘਰ ਦਾ ਇੱਕ ਸਿੱਖ ਰਿਸ਼ ਬਣ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਦਾ ਰਿਸ਼ ਦੀ ਜੂਨੀ ਵਿੱਚ ਉਧਾਰ ਕੀਤਾ ਸੀ।
ਉਸੇ ਤਰ੍ਹਾਂ ਜਾਨਵਰਾਂ ਦੀਆਂ ਅਜਿਹੀਆਂ ਰੂਹਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਗਲਤੀ ਕਰਕੇ ਮਨੁੱਖ ਦੀ ਦੇਵ ਜੂਨੀ ਤੋਂ ਪਸ਼ੂ ਜੂਨੀ ਵਿੱਚ ਆਉਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਇਹ ਮਿੱਠੂ ਦੀ ਘਟਨਾ ਵੀ ਕੁਝ ਅਜਿਹੀ ਹੀ ਪ੍ਰਤੀਤ ਹੁੰਦੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਦੇਵ ਰੂਪ ਪ੍ਰਗਟ ਹੁੰਦੀ ਹੈ ਜੋ ਕਿਸੇ ਭੁੱਲ ਕਾਰਨ ਇਸ ਜੂਨ ਵਿੱਚ ਪੈ ਗਿਆ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ, ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਕੇ ਭੇਜੋ ਜੀ। ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਅੱਜ ਦਾ ਸਵਾਲ ਇਹ ਹੈ ਜੀ, ਗੁਰੂ ਨਾਨਕ ਦੇਵ ਜੀ ਨੇ ਪਹਿਲੀ ਪੌੜੀ ਦਾ ਕਿਸ ਨਦੀ ਦੇ ਉੱਤੇ ਉਚਾਰਨ ਕੀਤਾ ਸੀ? ਸਵਾਲ ਦੁਹਰਾਉਂਦੇ ਹਾਂ, ਗੁਰੂ ਨਾਨਕ ਮਹਾਰਾਜ ਜੀ ਨੇ ਪਹਿਲੀ ਪੌੜੀ ਦਾ, ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦਾ ਕਿਸ ਜਗ੍ਹਾ 'ਤੇ ਉਚਾਰਨ ਅਤੇ ਕਿਸ ਨਦੀ ਦੇ ਕਿਨਾਰੇ ਉਚਾਰਨ ਕੀਤਾ ਸੀ? ਸਹੀ ਸਵਾਲ ਦੇਣ ਵਾਲੇ ਨੂੰ ਚੈਨਲ ਵੱਲੋਂ ਇਨਾਮ ਭੇਟ ਕੀਤਾ ਜਾਵੇਗਾ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਤਾ ਇੱਕ ਅਜਿਹਾ ਪੰਛੀ ਹੈ ਜਿਸ ਨੂੰ ਅਗਰ ਸਿਖਾਇਆ ਜਾਵੇ ਤਾਂ ਥੋੜਾ ਬਹੁਤਾ ਮਨੁੱਖੀ ਜਵਾਨ ਬੋਲਣਾ ਸਿੱਖ ਲੈਂਦਾ ਹੈ, ਪਰ ਅੰਮ੍ਰਿਤਸਰ ਦਾ ਇਹ ਤੋਤਾ ਜਿਸ ਅੰਦਾਜ਼ ਵਿੱਚ ਗੁਰਬਾਣੀ ਉਚਾਰਨ ਕਰਦਾ ਹੈ ਉਹ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿਛਲੇ ਵੀਡੀਓ ਵਿੱਚ ਜੋ ਪੁੱਛਿਆ ਗਿਆ ਸਵਾਲ ਸੀ ਉਸਦਾ, ਇਨਾਮ ਦੇ ਬਾਰੇ। ਹੁਸ਼ਿਆਰਪੁਰ ਦੇ ਮਨਜੀਤ ਸਿੰਘ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਪੁੱਛੇ ਹੋਏ ਸਵਾਲ ਦਾ ਸਹੀ ਉੱਤਰ ਦਿੱਤਾ ਹੈ ਉਹਨਾਂ ਨੂੰ ਗੁਰਬਾਣੀ ਕਥਾ ਚੈਨਲ ਵੱਲੋਂ ਇੱਕ ਛੋਟਾ ਜਿਹਾ ਇਨਾਮ ਮੋਬਾਈਲ ਭੇਟ ਕੀਤਾ ਗਿਆ ਹੈ। ਇਸ ਵੀਡੀਓ ਦੇ ਵਿਚਕਾਰ ਇੱਕ ਸਵਾਲ ਪੁੱਛਿਆ ਜਾਵੇਗਾ ਜਿਸਦਾ ਸਹੀ ਉੱਤਰ ਦੇਣ ਵਾਲੇ ਨੂੰ ਗੁਰਬਾਣੀ ਕਥਾ ਚੈਨਲ ਵੱਲੋਂ ਇੱਕ ਛੋਟਾ ਜਿਹਾ ਇਨਾਮ ਭੇਟ ਕੀਤਾ ਜਾਵੇਗਾ। ਇਸ ਲਈ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਤਾ ਇੱਕ ਅਜਿਹਾ ਪੰਛੀ ਹੈ ਜਿਸ ਨੂੰ ਅਗਰ ਸਿਖਾਇਆ ਜਾਵੇ ਤਾਂ ਥੋੜਾ ਬਹੁਤਾ ਮਨੁੱਖੀ ਜ਼ਬਾਨ ਬੋਲਣਾ ਸਿੱਖ ਲੈਂਦਾ ਹੈ, ਪਰ ਅੰਮ੍ਰਿਤਸਰ ਦਾ ਇਹ ਤੋਤਾ ਜਿਸ ਅੰਦਾਜ਼ ਵਿੱਚ ਗੁਰਬਾਣੀ ਉਚਾਰਨ ਕਰਦਾ ਹੈ ਉਹ ਸ਼ਾਇਦ ਹੀ ਕਦੀ ਕਿਸੇ ਨੇ ਸੁਣਿਆ ਹੋਵੇ। ਕਦੀ ਇਹ ਤੋਤਾ ਬੋਲੇ ਸੋਨੇ ਹਾਲ, ਕਦੀ ਪ੍ਰਭ ਕਾ ਸਿਮਰਨ ਰਾਜ ਕਰੇਗਾ ਖਾਲਸਾ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਇਹ ਸ਼ਬਦ ਮਿੱਠੂ ਬਖੂਬੀ ਬੜੇ ਹੀ ਪਿਆਰ ਦੇ ਨਾਲ ਬੋਲਦਾ ਹੈ। 2 ਸਾਲ ਪਹਿਲਾਂ ਅਵਤਾਰ ਸਿੰਘ ਜੀ ਦੇ ਪਰਿਵਾਰ ਅੰਮ੍ਰਿਤਸਰ ਵਿੱਚ ਆਇਆ ਇਹ ਤੋਤਾ ਦੇਸ਼ ਵਿਦੇਸ਼ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਿੱਚ ਕੋਈ ਦੇਵ ਰੂਹ ਹੈ। ਇਹ ਮਿੱਠੂ 1 ਮਿੰਟ ਵਿੱਚ 20 ਵਾਰ ਵਾਹਿਗੁਰੂ ਦਾ ਨਾਮ ਜਪਦਾ ਹੈ। ਆਓ ਦੇਖਦੇ ਹਾਂ ਮਿੱਠੂ ਇਹ ਤੋਤਾ ਵਾਹਿਗੁਰੂ ਦਾ ਨਾਮ ਕਿਵੇਂ ਸਿਮਰਨ ਕਰਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਤ। ਇਹ ਸਾਰਾ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਇਹ ਕੋਈ ਦੇਵ ਰੂਹ ਕਿਸੇ ਭੁੱਲ ਕਾਰਨ ਤੋਤੇ ਦੀ ਜੂਨ ਵਿੱਚ ਪੈ ਗਈ ਹੈ। ਆਓ ਸੁਣਦੇ ਹਾਂ ਧੰਨ ਧੰਨ ਸੰਤ ਸਿੰਘ ਜੀ ਮਸਕੀਨ ਜੀ ਦੇ ਇਸ ਜਾਨਵਰਾਂ ਦੇ ਬਾਰੇ ਜੋ ਵਾਹਿਗੁਰੂ ਦਾ ਨਾਮ ਅਚਨਚੇਤ ਸਿਮਰਨ ਕਰਦੇ ਹਨ। ਮਸਕੀਨ ਸਾਹਿਬ ਜੀ ਦਾ ਉਹਨਾਂ ਦੇ ਬਾਰੇ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਮਸਕੀਨ ਸਾਹਿਬ ਜੀ ਕਹਿੰਦੇ ਨੇ ਇਹ ਧਰਤੀ ਸੂਰਜ ਦਾ ਹਿੱਸਾ ਹੈ ਤੇ ਸੂਰਜ ਅੱਗ ਦਾ ਗੋਲਾ ਸੀ। ਇਹ ਜਦ ਠੰਡੀ ਹੋਈ ਤੇ ਪੱਥਰ ਸੀ। ਇਸ ਪੱਥਰ ਨੂੰ 1000 ਸਾਲ ਲੱਗ ਗਏ ਮਿੱਟੀ ਬਣਨ ਵਿੱਚ, ਮਿੱਟੀ ਨੂੰ ਅਨੰਤ ਕਾਲ ਲੱਗੇ ਬਨਸਪਤੀ ਦੇ ਬਦਲਣ ਵਿੱਚ।
ਤੇ ਬਨਸਪਤੀ ਨੂੰ ਅਨੰਤ ਕਾਲ ਲੱਗੇ ਪਸ਼ੂ ਪੰਛੀਆਂ ਦੀ ਯਾਤਰਾ ਤੱਕ ਔਰ ਪੰਛੀ ਅਤੇ ਪਸ਼ੂਆਂ ਤੋਂ ਬਾਅਦ ਅਨੰਤ ਕਾਲ ਬੀਤ ਗਏ ਤੇ ਮਨੁੱਖ ਪੈਦਾ ਹੋਇਆ। ਪੱਥਰ ਪੂਰਾ ਸੁੱਤਾ ਹੋਇਆ ਹੈ ਤੇ ਥੋੜੀ ਜਿਹੀ ਬਨਸਪਤੀ ਜਾਗ ਗਈ। ਇਹ ਖਿਲਦੀ ਹੈ ਤੇ ਕਮਲਾਉਂਦੀ ਹੈ। ਇਸ ਅੰਦਰ ਪਿਆ